ये पढ़ा नबी फरमाया आखे नबी मुस्तफा मौला दा वास्ता हदीस सुनियो ਹਰੀਪੁਰ ਵਾਲਿਆ ਜ਼ਿਕਰ ਅਹਿਲੇ ਬੈਤ ਕੁਰਾਨ ਤੋਂ ਘੱਟ ਨਹੀਂ ਸਿਰ ਤੇ ਚਾਈ ਖੜਾ ਮੈਨੂੰ 14 ਦੀ ਕਸਮ ਮੈਨੂੰ ਕਰਬਲਾ ਦੀ ਕਸਮ ਮੈਨੂੰ ਨਜਫ ਦੀ ਕਸਮ ਮੈਨੂੰ ਖਾਨਾ ਕਾਬਾ ਦੀ ਕਸਮ ਮੈਨੂੰ ਮਦੀਨੇ ਦੀ ਕਸਮ ਜਿੱਥੇ ਮਰਜ਼ੀ ਲੈ ਜਾਓ ਅਗਰ ਨਬੀ ਦੀ ਹਦੀਸ ਨਾ ਹੋਵੇ ਮਾਸ਼ਰ ਦਾ ਮਾਲਕ ਨਬੀ ਮੇਰੀ ਸ਼ਫਾਤ ਨਾ ਕਰੇ ਐਸੇ ਨਬੀ ਫਰਮਾਇਆ ਆਖੇ ਨਬੀ ਮੁਸਤਫਾ ਉਹਨਾਂ ਤੇ ਖੁਦਾ ਜਿੰਨੇ ਜਿੰਨ ਕੀਤਾ ਮੇਰੀ ਜ਼ਹਰਾ ਦਾ ਹਯਾ ਜਿਨੇ ਜਿਨੇ ਕੀਤਾ ਮੇਰੀ ਜ਼ਹਰਾ ਦਾ ਇੱਕ ਵਾਰੀ ਆਖੋ ਜ਼ਹਰਾ ਦਾ ਬਾਨੀਆਂ ਦਾ ਬਾਰ ਬਾਰ ਹੁਕਮ ਹੈ ਕਿ ਅਲਵੀ ਭਾਈ ਇੱਕ ਜੁਮਲਾ ਮਸਾਹਿਬ ਦਾ ਪੜ੍ਹ ਦੇ ਅਤੇ ਜੇ ਆਖੋ ਤਾਂ ਮੈਂ ਇੱਕ ਦੁੱਖ ਦਾ ਜੁਮਲਾ ਪੜ੍ਹ ਦੇਵਾਂ ਜਨਾਬ ਜਿਨੇ ਜਿਨੇ ਕੀਤਾ ਮੇਰੀ ਜ਼ਹਰਾ ਦਾ ਮੈਂ ਫਜ਼ਾਇਲ ਪੜ੍ਹਿਆ ਅਤੇ ਬੰਦੇ ਵਿੱਚ ਰੋ ਪਏ ਨੇ ਹੈਂ ਜਿਨੇ ਜਿਨੇ ਕੀਤਾ ਮੇਰੀ ਜ਼ਹਰਾ ਦਾ ਜਿਹਦਾ ਰਸੂਲ ਹਯਾਤ ਦੱਸਦੇ ਰਹੇ ਉਹਨੂੰ ਲੋਕਾਂ ਬੜਾ ਮਾਰਿਆ ਉਹ ਮੈਂ ਸਦਕੇ ਜਾਵਾਂ ਉਹ ਮੈਂ ਬਿਸਮਿਲ੍ਲਾ ਕਰਾਂ ਉਹਨੂੰ ਲੋਕਾਂ ਬੜਾ ਮਾਰਿਆ ਜਿਹਦਾ ਰਸੂਲ ਹਯਾਤ ਦੱਸਦੇ ਰਹੇ ਹੱਕਲ ਮਾਰ ਕੇ ਆਦੀਏ ਬਾਬਾ ਤੇਰੇ ਤੋਂ ਬਾਅਦ ਪੇਕੇ ਮੁੱਕ ਗਏ ਉਹ ਮੈਂ ਬਿਸਮਿਲ੍ਲਾ ਕਰਾਂ ਉਹ ਮੈਂ ਸਦਕੇ ਜਾਵਾਂ ਜ਼ਹਰਾ ਦੀਆਂ ਰਾਜ਼ੀ ਹੋਵਣ ਮੇਰੇ ਸ਼ੀਆ ਸੁਨੀ ਬਿਰਾ ਜਿਹਦਾ ਰਸੂਲ ਹਯਾ ਦੱਸਦੇ ਰਹੇ ਲੋਕਾਂ ਨੂੰ ਬੜਾ ਮਾਰਿਆ ਪੁੱਛੋ ਕਲ ਬਲਵੀ ਕਿਤਨਾ ਮਾਰਿਆ ਜਿਹਦਾ ਮਿਲਾਦ ਮਨਾਉਣ ਆਇਓ ਇਹਦੀ ਔਲਾਦ ਨੂੰ ਲੋਕਾਂ ਮਾਰਿਆ ਹੈ ਪੁੱਛੋ ਕਲ ਬਲਵੀ ਕਿਤਨਾ ਮਾਰਿਆ ਇਹ ਹੱਥ ਬੱਧੀ ਖਲੋਤਾ ਇਸ ਨਬੀ ਦੇ ਮਿਲਾਦ ਦਾ ਵਾਸਤਾ ਹੀ ਜੇ ਸੀਨੇ 'ਚ ਤਾਕਤ ਹੋਈ ਨਾ ਇਤਨੀ ਹਾਏ ਕਰੀ ਕਮ ਸੇ ਕਮ ਨਾਲ ਵਾਲਾ ਬੰਦਾ ਗਵਾਹ ਬਣ ਜਾਵੇ ਤੁਹਾਡੀ ਬਜ਼ੁਰਗੀ ਦੀ ਕਸਮ ਇਤਨਾ ਮਾਰਿਆ ਪਸਲੀਆਂ ਤਰੁੱਟ ਗਈਆਂ ਲਮਾਨ ਬੱਲਾ ਵੀ ਚਾਚਾ ਉੱਚੀ ਹਾਏ ਕਰਨ ਵਾਲਿਆ ਅੱਲਾ ਤੁਹਾਨੂੰ ਰੰਗ ਲਾਵੇ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਇਹ ਜਿਹੜਾ ਮਿਲਾਦ ਇਹ ਸੌਖਾ ਨਹੀਂ ਬਚਿਆ ਇਹ ਸੌਖਾ ਨਹੀਂ ਬਚਿਆ ਅਲੀ ਦੀਆਂ ਦੀਆਂ ਰੁੱਲ ਗਈਆਂ ਮੇਰੇ ਸ਼ੀਆ ਸੁਨੀ ਬਿਰਾਜ ਅਸੀਂ ਨਬੀ ਦਾ ਮਿਲਾਦ ਮਨਾਉਂਦੇ ਪਏ ਹਾਂ ਜਿਹਦਾ ਕਲਮਾ ਪੜ੍ਹਨਾ ਹੈ ਉਹਦਾ ਕਲਮਾ ਸੌਖਾ ਨਹੀਂ ਬਚਿਆ ਉਹਦਾ ਕਲਮਾ ਬਿਛਾਉਣ ਵਾਸਤੇ ਹੁਸੈਨ ਸਿਰ ਦਿੱਤਾ ਹੈ ਲਮਾਨ 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 ਹਰੀਪੁਰ ਵਾਲਿਆ ਜੇ ਅਜੇ ਵੀ ਹਾਏ ਨਹੀਂ ਆਈ ਤਾਂ ਮੈਂ ਜੁਮਲਾ ਹੋਰ ਆਖ ਦੇਣਾ ਜਿਹਦਾ ਅੱਜ ਮਿਲਾਦ ਲੋਕ ਖੁਸ਼ ਹੋ ਕੇ ਮਨਾਉਂਦੇ ਪਏ ਨ ਇਸੇ ਨਬੀ ਨੂੰ ਬਚਾਉਣ ਵਾਸਤੇ ਬੀਬੀ ਜ਼ੈਨਬ ਛਤਰੀ ਸ਼ਹਿਰਾਂ 'ਚ ਗਈ ਹੈ ਆਦਿ ਰਹੀਏ ਅੱਲਾ ਸ਼ਾਲਾ ਨਾਨੇ ਦਾ ਦੀਨ ਬਾਚ ਪਵੇ ਅਲਮਾਨ ਅਲਮਾਨ ਬਸ ਕਰਾਂਗੇ ਇੱਕ ਜੁਮਲਾ ਹੋਰ ਪੜ੍ਹ ਦੇਵਾਂ ਅੱਲਾ ਅਕਬਰ ਮੈਂ ਸਦਕੇ ਜਾਵਾਂ ਇੱਕ ਜੁਮਲਾ ਪੜ੍ਹ ਦੇਣਾ ਰੋਵਨ ਨਾਲੋਂ ਮੇਡਾ ਅੱਲਾ ਗਵਾਏ ਸਾਰੀ ਜ਼ਿੰਦਗੀ ਸੁਣਿਆ ਬਾਬੇ ਦੇ ਬਾਅਦ ਤਸਬੀਹ ਨਹੀਂ ਸੀ ਚਾ ਸਕਦੀ ਹਾਏ ਹਾਏ ਅੱਲਾ ਅਕਬਰ ਇੱਕ ਵਾਰੀ ਹਾਏ ਬੁਲੰਦ ਕਰੋ ਮੈਨੂੰ ਦੱਸੋ ਤਸਬੀਹ ਦਾ ਚੋਖਾ ਵਜ਼ਨ ਆਉਂਦਾ ਹੈ
ਬੋਲੋ ਬਾਬਾ ਜੀ ਮੌਲਾ ਦਾ ਵਾਸਾ। ਉਹ ਨਬੀ ਦਾ ਮਿਲਾਦ ਮਨਾਉਣ ਵਾਲਿਆ ਮੇਰੀ ਪਾਤਸ਼ਾਹ ਦੇ ਦੁੱਖ ਤੇ ਹਾਏ ਕਰੀ, ਪੁੱਛੋ ਕਲਬਲ ਵੀ ਮਜਬੂਰੀ ਕਿਹੜਾ ਹਾ, ਮਜਬੂਰੀ ਆਈ ਹੱਥ ਨਿਕਲਿਆ ਸਨਾਤ ਵਿਖਾਵਣ ਕੀਤੇ। ਓ ਜੇ ਸਦਮ ਜ਼ੈਨਬ ਦੀ ਮਾਂ ਦਾ ਇੱਕ ਸ਼ਿਮਰ ਮਿਜ਼ਾਜ ਨੇ ਮਾਰ ਕੇ ਕੋੜਾ ਹੱਥ ਤਰੋੜ, ਮਾਤਮ ਕਰੋ ਕਾਦੀ ਆਇਆ ਨਾ। ਰੋਣ ਦੇ ਬਾਈ, ਰੋਣ ਦੇ ਬਾਈ, ਰੋਣ ਦੇ ਬਾਈ, ਇੱਕ ਅੱਧੇ ਮਿੰਟ ਦੀ ਹੋਰ ਇਜਾਜ਼ਤ ਦਿਓ। ਜੇ ਆਖਿਆ ਤੇ ਮੈਂ ਪੜ੍ਹ ਦੇਣਾ, ਮੈਂ ਬਿਸਮਿਲਾ ਕਰਾਂ। ਮੇਰੀ ਬੀਬੀ ਔਖੇ ਤੇ ਸੌਖੇ ਘਰ ਆਈ, ਆਲੀਆ ਦੀ ਅੰਮਾ ਦਰਬਾਰ ਗਈਆਂ, ਕੇ ਬਣਿਆ ਏ? ਫਰਮਾਇਆ ਜ਼ੈਨਬ ਕੋਈ ਰੰਗ ਵੇਖਾਈਆਂ। ਅੰਮਾ ਕਿਹੋ ਜਿਹਾ ਰੰਗ ਵੇਖਿਆ ਜਿਹੜਾ ਵਾਲ ਚਿੱਟੇ ਹੋ ਗਏ? ਮੈਨੂੰ ਤੁਹਾਡੀ ਬਜ਼ੁਰਗੀ ਦੀ ਕਸਮ ਏ, ਮੈਂ ਜਿੱਥੇ ਵੈਨ ਪੜਿਆ ਬੰਦਿਆਂ ਨਹੀਂ ਬਰਦਾਸ਼ਤ ਕੀਤਾ। ਅੰਮਾ ਕਿਹੜਾ ਦੁਖੀ, ਮੇਰੀ ਸਹਿਣ ਦੀ ਨੁਹਾ ਨਾ ਲਾਇਆ। ਜ਼ੈਨਬ ਕੋਈ ਰੰਗ ਵੇਖਾਈਆਂ, ਅੰਮਾ ਕਿਹੋ ਜਿਹਾ ਦਰਬਾਰ 'ਚ ਰੰਗ ਵੇਖਿਆ। ਅਲੀ ਦੀਦੀ ਦੀ ਚਾਦਰ ਚੁੰਮਕੇ ਬੀਬੀਆਂ ਦੀ ਅਦਸਾਨ ਨੇ ਹੁਸੈਨ ਦਾ ਮਸਰ ਆਲੀਆ, ਮੈਂ ਬੁਰਕਾ ਤੇਰਾ ਲੁੱਟਦਾ ਵੇ। ਅੱਛਾ ਮੈਂ ਪੜ੍ਹ ਦਿੰਦਾ, ਮੈਂ ਨੌਕਰਾਂ, ਮੈਂ ਬਿਸਮਿਲਾ ਕਰਾਂ। ਇਹ ਤੇ ਤੁਹਾਡੀ ਹਸਰਤ ਆਈ ਨਾ, ਜਸ਼ਨ ਆਈ ਤੇ ਤੁਹਾਡੀ ਹਸਰਤ ਆਈ। ਅੰਮਾ ਕਿਹੜਾ ਰੰਗ ਵੇਖੀ ਆਈ ਜਿਹੜਾ ਵਾਲ ਚਿੱਟੇ ਹੋ ਗਏ? ਬੀਬੀ ਆਦੀ ਨੇ ਤੇ ਹੁਸੈਨ ਅੱਲਾ ਰੰਗ ਲਾਵੇ, ਅੱਲਾ ਰੰਗ ਲਾਵੇ। ਫਿਰ ਇੱਕ ਜੁਮਲਾ, ਮੇਰੀ ਸਹਿਣ ਬਾਬੇ ਦੀ ਕਬਰ ਤੇ ਆਈਏ, ਹੱਕਲ ਮਾਰ ਕੇ ਆਦੀਏ ਬਾਬਾ ਮੈਂ ਰੁੱਲ ਗਈ ਆ। ਯਾ ਜ਼ਹਰਾ, ਯਾ ਜ਼ਹਰਾ, ਆਪਣੀ ਹਾਏ ਬੁਲੰਦ ਕਰੀ, ਮੈਂ ਤੇਰੀ ਹਾਏ ਅਮਾਨਤ ਸਮਝ ਕੇ ਲਾਹੌਰ ਵਾਲੀ ਬੀਬੀ ਤੇ ਪਹੁੰਚਾਵਾਂ। ਆਵਾਜ਼ ਨੇ ਬਾਬਾ ਮੈਂ ਉੱਜੜ ਗਈ ਆਂ, ਬਤੂਲ ਰੋਂਦੀ ਕਿਉਂ ਹੈ? ਬਾਬਾ ਮੈਂ ਜੰਨਤ 'ਚ ਰੋਸਾਂ, ਮੈਂ ਕਬਰ 'ਚ ਰੋਸਾਂ, ਕਿਹੜਾ ਅਰਮਾਨ ਆਈ? ਰੋ ਕੇ ਆਦੀਏ ਬਾਬਾ ਤੇਰੀ ਧੀ ਨੂੰ ਇਹਨੇ ਜੀ ਉਜਾੜਿਆ, ਬਾਬਾ ਤੇਰੀ ਧੀ ਨੂੰ ਨੌਕਰਾਂ ਨੇ ਮਾਰਿਆ। ਮਾਤਮ ਕਰੋ ਆਦੀਏ ਰੁੱਲ ਗਈਆਂ।